ਅਕਾਲ ਪੁਰਖ ਆਪਣੇ ਪੰਥ ਦੇ
ਸਦਾ ਸਹਾਇ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਦੇ ਤਾਣਿਆਂ ਦੇ ਤਾਣ, ਨਿਉਟਿਆਂ ਦੀ ਅਵਸਥਾ ਅਨੁਸਾਰ ਸਰਦਾਰ ਓਮਕਾਰ ਸਿੰਘ ਜੀ, ਆਪ ਜੀ ਨੂੰ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰਦੇ ਹਨ। ਐਸ ਵਕਤ ਉਹਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਆਪ ਜੀ ਦੇ ਹਜ਼ੂਰ ਦੀ ਮਾਤ ਸਦਾਏ ਹੈ, ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਕੀਰਤ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਵਰਤਾਂ ਨੂੰ ਬਖਸ਼ ਲੈਣੀਆਂ, ਅੱਗੇ ਵਾਸਤੇ ਸੰਬੰਧ ਬਖਸ਼ਦਿਆਂ ਵਿੱਚ ਸੰਦਰਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ। ਅਰਦਾਸ ਕਰੋ ਸਹੀ ਪਿਆਰੇ ਵੇਰ, ਜਗ ਸਤ ਕਰ ਜਾਣਾ ਸਤਨਾ ਮਿਰਦ ਪਛਾਣ, ਹਾਥ ਦੇ ਰਾਖੇ ਕਾਲਿਆ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ ਬੋਲੇ ਸੋ ਨਿਹਾ। ਅੱਜ ਤੁਸੀਂ ਸਾਰੇ ਰਿਸ਼ਤੇਦਾਰ, ਸੱਜਣ ਮਿੱਤਰ, ਸਭ ਤੇ ਹੀ ਸੁਨੇਹੀ ਸਰਦਾਰ ਓਮਕਾਰ ਸਿੰਘ ਜਿੰਦਰਾ ਜੀ, ਜੋ ਮਿਤੀ 12/7 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਯਾਦ ਕਰਦੇ ਸਨ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਰੇ ਸਾਧ ਸੰਗਤ ਦੇ ਰੂਪ ਵਿੱਚ ਇਕੱਠੇ ਹੋਏ ਹੋ, ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਸਾਰੀ ਸਾਧ ਸੰਗਤ ਦਾ ਧੰਨਵਾਦ ਕੀਤਾ ਜਾਵੇ। ਬਹੁਤ ਦੂਰ ਦੂਰ ਤੋਂ ਰਿਸ਼ਤੇਦਾਰ, ਸੱਜਣ ਮਿੱਤਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ। ਤੁਸੀਂ ਸੰਗਤ ਦੇ ਰੂਪ ਵਿੱਚ ਅਰਦਾਸ ਕੀਤੀ ਹੈ, ਦੇਹੋ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸੁਣੇ, ਅਤੇ ਸਾਧ ਸੰਗਤ ਦਾ ਦਰਜਾ ਜਿਹੜਾ ਗੁਰੂ ਸਾਹਿਬਾਨ ਨੇ ਆਪਣੇ ਤੋਂ ਵੀ ਵੱਡਾ ਦਰਜਾ ਸਾਧ ਸੰਗਤ ਨੂੰ ਦਿੱਤਾ ਹੈ। ਤੁਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਉਸ ਸੱਚੇ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਨਿਵਾਸ ਉਸ ਵਿਛੜੀ ਆਤਮਾ ਨੂੰ ਮਿਲੇਗਾ। ਸਾਡੇ ਕੋਲ ਤੁਸੀਂ ਬਹੁਤ ਹੀ ਵਿਦਵਾਨ ਸੱਜਣ, ਬਹੁਤ ਹੀ ਪੜ੍ਹੇ ਲਿਖੇ, ਬਹੁਤ ਵੱਡੀਆਂ ਵੱਡੀਆਂ ਰਾਜਨੀਤਿਕ ਹਸਤੀਆਂ ਵੀ ਇੱਥੇ ਬੈਠੀਆਂ ਨੇ। ਜੇ ਮੈਂ ਸਾਰਿਆਂ ਦਾ ਨਾਂ ਲੈਣ ਲੱਗਾ ਬੜੀ ਲੰਬੀ ਲਿਸਟ ਹੋ ਜਾਵੇਗੀ। ਸਰਦਾਰ ਓਮਕਾਰ ਸਿੰਘ ਜੀ ਬਾਰੇ ਮੈਂ 2 ਸ਼ਬਦ ਕਹਿਣ ਤੋਂ ਨਹੀਂ ਰਹਿ ਸਕਦਾ। ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਸਨ, ਕੱਲ੍ਹ ਅਖਬਾਰ ਵਿੱਚ ਲਿਖਿਆ ਸੀ ਸਾਬਕਾ ਸਰਪੰਚ, ਉਹ ਸਰਪੰਚ ਹੁੰਦੇ ਸਨ 6 ਪਿੰਡਾਂ ਦੇ, 6 ਪਿੰਡਾਂ ਦੇ ਸਰਪੰਚ, ਜਿੱਥੇ ਕਦੀ ਇਲੈਕਸ਼ਨ ਨਹੀਂ ਸੀ ਹੋਈ, ਅਤੇ 2 ਵਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਚੁੱਕੇ ਸੀ। ਇਕੱਠੇ ਪੜ੍ਹਦੇ ਹੋਣਾ, ਸਵੇਰੇ ਉੱਠ ਕੇ ਗੁਰਦੁਆਰੇ ਜਾਣਾ, ਪੀ ਜੀ ਨੇ ਬੜੇ ਖੁਸ਼ ਹੋਣਾ, ਮੈਂ ਕੁਛ ਕਹਿ ਨਹੀਂ ਸਕਦਾ, ਮੇਰੇ ਕੋਲ ਸ਼ਬਦ ਹੀ ਹੈ ਨਹੀਂ ਕਿ ਇਸ ਪਰਿਵਾਰ ਨੂੰ ਮੈਂ ਕੀ ਸਿੱਖਾਂ। ਸੋ ਤੁਸੀਂ ਸਾਰੇ ਸਤਿਕਾਰਯੋਗ ਹੋ, ਬਹੁਤ ਤਕੜੇ ਬੁਲਾਰੇ ਹੋ, ਬਹੁਤ ਵਿਦਵਾਨ ਹੋ, ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗੀ ਜਾਂਦੀ ਹੈ ਕਿ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨਾ, ਕਿਉਂਕਿ ਬਹੁਤ ਦੂਰ ਦੂਰ ਤੋਂ ਰਿਸ਼ਤੇਦਾਰ ਸੱਜਣ ਮਿੱਤਰ ਆਏ ਨੇ ਜਿਨ੍ਹਾਂ ਨੇ ਵਾਪਸ ਜਾਣਾ ਹੈ।
Thank you.
ਸਭ ਸੰਸਾਰ
ਸਾਡੇ ਤੋਂ ਕੁਛ ਦਿਨਾਂ ਪਹਿਲਾਂ ਵਿਛੜ ਚੁੱਕੇ ਹਨ। ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ। ਉਸ ਵਿਛੜੀ ਆਤਮਾ ਦੀ ਅੰਤਮ ਅਰਦਾਸ ਵਿੱਚ ਸਾਰੇ ਹੀ ਸ਼ਾਮਿਲ ਹੋਣਾ ਹੈ। ਗੁਰੂ ਪਿਆਰਿਓ, ਆਓ ਸਾਰੇ ਮਿਲ ਕੇ ਅਸੀਸ ਰੂਪੀ ਇਹ ਪਾਵਨ ਪਵਿੱਤਰ ਸ਼ਬਦ ਪੜ੍ਹੀਏ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੋਨੇ। ਸਾਰੀ ਹੀ ਸੰਗਤ ਕਰਿਓ ਕਿਰਪਾ, ਕੋਈ ਵੀ ਰਚਨਾਵਾਂ ਜਿਨ੍ਹਾਂ ਨੇ ਸਾਰੇ ਮਿਲ ਕੇ ਪੜ੍ਹੀਏ ਇਹ ਪਾਵਨ ਪਵਿੱਤਰ ਸ਼ਬਦ। ਸਾਰੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ, ਆਓ ਇਹ ਪਾਵਨ ਪਵਿੱਤਰ ਸਾਰੇ ਅੰਮਾਂ ਨਾਲ ਮਿਲ ਕੇ ਪੜ੍ਹੀਏ ਜੀ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਮਿਲ ਕਰ ਪਾਵੋ ਤੇਲ, ਦੇਖੋ ਸੱਜਣੇ ਸੀ ਸੜਿਆ ਜੋ ਮੈਂ ਸਾਹਿਬ ਸਿਉਂ ਮੇਲ, ਜੋ ਸਾਹਿਬ ਸਿਉਂ ਮੇਲ, ਦੇਖੋ ਸੱਜਣ ਅਸੀਸੜਿਆ, ਦੇਖੋ ਸੱਜਣ ਅਸੀਸੜਿਆ, ਦੇਖੋ ਸੱਜਣ ਅਸੀਸੜਿਆ, ਦੇਖੋ ਸੱਜਣ ਅਸੀਸੜਿਆ, ਜੋ ਮੈਂ ਸਾਹਿਬ ਸਿਉਂ ਮੇਲ, ਜੋ ਮੈਂ ਸਾਹਿਬ ਸਿਉਂ ਮੇਲ, ਜੇਕਰ ਕੀਰਤ ਆਖੀਏ
ਸਾਕੇ ਪੜੀਏ ਜੀ, ਕਰੋ ਸਾਰੇ ਰਸਨਾ ਨੂੰ ਪਵਿੱਤਰ ਜੀ। ਦੇਖੋ ਸਾਹਿਬ ਸਿਉਣੇ ਜਿਉ ਹੋਵੇ ਸਾਹਿਬ ਸਿਉਣੇ ਸਾਰੇ ਮਿਲ ਕੇ ਪੜੋ ਜੀ। ਦੇਖੋ ਸੱਜਣਾ ਸਸੀਸਣੀਆਂ ਅਨੰਦਪੁਰ ਸਤਿਗੁਰ ਪ੍ਰਸਾਦ ਸ਼ਬਦ ਗਾ ਬਣਿਆ ਸੁਣੋ ਸੰਤੋ ਸ਼ਬਦ ਕਰੋ ਪਿਆਰਾ ਸਾਡਾ ਨਾਮ ਮੇਰਾ ਯਾਰਾ
ਆਪਣੇ ਦਰੋਂ ਪਰੋਂ ਖੁਸ਼ੀਆਂ ਨਾਮ ਦੀਆਂ ਦਾਤਾਂ ਕਿਰਤ ਕਮਾਈਆਂ ਵਿੱਚ ਵਾਧਾ ਬਖਸ਼ਣਾ ਸਤਿਗੁਰਾਂ ਦੇ ਚਰਨਾਂ 'ਚ ਸਾਰਿਆਂ ਮਿਲ ਕੇ ਇਹ ਅਰਦਾਸ ਕਰਨੀ ਹੈ। ਸਤਿਗੁਰ ਜੀ ਵਿੱਚ ਦੀ ਆਤਮਾ ਸਰਦਾਰ ਓਂਕਾਰ ਸਿੰਘ ਜੀ ਨੂੰ ਸਤਿਗੁਰ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਸਤਿਗੁਰ ਦੀ ਭਾਵਨਾ ਮੰਨਣ ਦਾ ਬਲ ਬਖਸ਼ਣ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਪਿਆਰ ਸਹਿਤ ਅਤੇ ਬਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕੋ ਅੰਕਾਰ ਵਾਹਿਗੁਰੂ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਲ ਕਰਕੇ ਬੋਲੋ ਜੀ। ਪ੍ਰਿਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ। ਪਰਮੇਸ਼ਰ ਦਾ ਪਿਆਰ ਦਾ ਸਦਕਾ ਸਰਬ ਸੁਖ ਪੂਰਨ ਜਨ ਜਨ ਖਾਲਸਾ ਜੀ ਸਾਹਿਬ ਤਾਂ ਆਸ਼ਾ ਰਿਆਏ ਦੇਖ ਦੇ ਫਤਿਹ ਦਿਲ ਕੀ ਪੈਰ ਪੰਥ ਕੀ ਜੈ ਦਾਨ ਕਬੀਰ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਧ ਉੱਚੀ ਮੱਤ ਦਾ ਰੱਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਅਨੁਸਾਰ ਸਰਦਾਰ ਓਮਕਾਰ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰਦੇ ਐਸ ਉਹਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਆਪ ਜੀ ਦੇ ਹਜ਼ੂਰ ਦੀ ਮਾਂ ਸਦਾਏ ਹੈ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਕੀਰਤ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਉਦਾਸੀਆਂ ਨੂੰ ਬਖਸ਼ ਲੈਣੀਆਂ ਅੱਗੇ ਵਾਸਤੇ ਸੰਬੰਧ ਵਿੱਚਦਿਆਂ ਵਿੱਚ ਵਸਾਉਣਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਨੂੰ ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ ਅਰਦਾਸ ਕਰੋ ਸਹੀ ਪਿਆਰੀ ਮੇਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜਦ ਸਚ ਕਰ ਜਾਨਾ ਸਤਨਾ ਤਿਰਧ ਪਛਾਣ ਹਾਥ ਦੇ ਰਾਖੇ ਕਰ ਯਤਨ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਪਰਮ ਸਨਮਾਨਯੋਗ ਸਤਿ ਸੰਗਤ ਜੀ
आप जी सरदार ओंकार सिंह जी जो परमेश्वर वालों बख्शी हुई सवासा निकुण जी ने भोगते हुए अकाल चलाना करते सन उन्होंने अंतम अरदास शामिल होने वास्ते गुरु चरणों में एकत्र हुए हो साहब जी के पावन चरणों में आप सारिया ने रल मिल के अरदास की है। सतगुरु जी कृपा करने श्री आत्मा ने अपने चरणों में सदीवी निवास बख्शा परिवार को भाणा मनण का बल बख्शिश करना हूँ बेनती है गुरु घर वालों परिवार को सरोपा दिता जाएगा। मैं बेनती करांगा सरदार जगतार सिंह जी वो गुरु महाराज जी की हजूरी छा के गुरुद्वारा साहब वालों सरोपा प्राप्त करना और नाल ही बेनती है मास्टर परमिंदर सिंह जी गुरुद्वारा साहब वालों परिवार को सरोपा देंगे। वाहगुरु जी का खालसा। सज्जन आप जी के विचार सांझे करना चाहते हैं उन्होंने बेनती है कि अगला सिंह अमरजीत सिंह छोटे छोटे देसी कट्ठे पढ़ते होना सवेरे उठ के गुरुद्वारे जाना पी जी बड़े खुश होना मैं कुछ कह नहीं सकता मेरे को शब्द ही है नहीं कि इस परिवार को मैं की सकता। सो तुसी सारे सत्कारियों हो बहुत तगड़े बुलारे हो बहुत विद्वान हो तुहाडे सारे को हाथ जोड़ के माफ़ी मंगी जाती है कि प्रोग्राम इतने ही समाप्त करना क्योंकि बहुत दूर दूर तो रिश्तेदार सज्जन मित्र आए हैं जिन्होंने वापस जाना है।